ਅਸਲਾਮ ਵਾਲੇਕਮ ਸੁਨਾਓ ਜੀ, ਕੀ ਹਾਲ ਚਾਲ ਹੈ ਤੁਸੀਂ ਸਾਰਿਆਂ ਦਾ? ਮੈਂ ਉਮੀਦ ਕਰਦਾ ਤੁਸੀਂ ਸਾਰੇ ਫਿੱਟ ਫਾਟ ਹੋਵੋਗੇ ਤੇ ਠੀਕ ਠਾਕ ਹੋਵੋਗੇ। ਅੱਜ ਦੀ ਵੀਡੀਓ ਜਿਹੜੀ ਹੈ ਨਾ, ਮੋਟੋ ਵਲੋਗਿੰਗ ਇੰਡਸਟਰੀ ਵਿੱਚ ਅੱਜ ਤੱਕ ਕਿਸੇ ਬੰਦੇ ਇੰਨੀ ਵੀਡੀਓ ਨਹੀਂ ਬਣਾਈ ਹੋਣੀ। ਤੇ ਭਾਈ ਅੱਜ ਜਾ ਰਿਹਾ ਜਿਹੜਾ ਨਾ ਸਾਸਰੇ, ਤੁਸੀਂ ਵੀਡੀਓ ਸਟਾਰਟ ਨਹੀਂ ਕੀਤੀ ਇੱਥੇ, ਜਿਹੜਾ ਨਾ ਡਾਲਟਾ ਨਾਲ ਵੀਡੀਓ ਸਟਾਰਟ ਕੀਤੀ ਤੇ ਜਾਂ ਤੁਸੀਂ ਮੰਗਤੀ ਤੇ ਕੋਈ ਜੂਸ ਜੂਸ ਪੀਣ ਅੱਗੋ ਜਲਾਨੀ ਜਲਾਨੇ ਆਉਣੇ ਵਾਲੇ ਨੇ, ਉਹ ਸਾਹਿਬ ਨੇ ਜਲਾਨੇ ਤੇ ਇਹ ਹੈ ਜੀ ਸੁਜ਼ੂਕੀ ਮੰਡੀ ਬਹੁਤ ਦਿਨ ਮੋਟਰ। ਵੈਸੇ ਆਉਣ ਟਿਕਟ ਜਿਹੜਾ ਨਾ, ਮੈਂ ਆਈ ਜੀ ਵੀਡੀਓ ਕੋਈ ਨੀ ਦੇਖੀ ਹੈ ਬਾਬਾ ਜੀ, ਨੈਟ ਤੇ ਵੀ ਮੈਂ ਆਈ ਟਿਕਟ ਆਏ ਜੀ, ਕੋਈ ਵੀਡੀਓ ਨੀ ਦੇਖੀ ਜਿਹੜੇ ਮੇਰੇ ਪਿੱਛੇ ਬਹਿ ਕੇ ਮੋਟੋ ਵਲੋਗਿੰਗ ਹੋ ਰਹੀ ਹੋਏ। ਪੰਜਾਬੀ ਵਿੱਚ ਵੀ ਮੇਰੇ ਖਿਆਲ ਨਾਲ ਕੋਈ ਨਹੀਂ ਹੋ ਸਕਦਾ, ਕੋਈ ਇੰਡੀਅਨ ਜੇ ਕੋਈ ਨਾ ਕਰਦਾ ਹੋਵੇ, ਇੰਡੀਅਨ ਪੰਜਾਬ ਵਿੱਚੋਂ ਪਾਕਿਸਤਾਨ ਦੇ ਪੰਜਾਬ ਵਿੱਚੋਂ ਤੇ ਭਾਈ ਇਕੱਲਾ ਹੀ ਪੰਜਾਬੀ ਵਿੱਚ ਵੀਡੀਓ ਬਣਾ ਰਿਹਾ। ਤੇ ਵੀ ਪਿਲੀਅਨ ਰਾਈਡਿੰਗ ਵਿੱਚ ਜਿਹੜਾ ਨਾ, ਪਿਲੀਅਨ ਰਾਈਡਰਸ ਦੇ ਵਿਊ ਤੋਂ ਵੀ ਤੁਸੀਂ ਜਿਹੜਾ ਨਾ ਇੰਜੋਏ ਕਰੀ ਚੱਲੋ, ਖੂਬਸੂਰਤ ਜਿਹਾ ਵਿਊ। ਜਲਾਨੇ ਪਿੰਡ ਵਿੱਚੋਂ ਅਸੀਂ ਜੀ ਨਿਕਲ ਰਹੇ ਹਾਂ ਤੇ ਹੋਂਡੇ ਤੇ ਬੈਠੇ ਹਾਂ, ਉੱਥੇ ਜੂਸ ਵਾਲਿਆਂ ਕੋਲ ਲੱਭੜ ਕੇ ਤੇ ਹੋਂਡੇ ਦੀ ਵੀ ਜਿਹੜੀ ਨਾ ਤੁਹਾਨੂੰ ਇੱਕ ਲੋਕ ਚੁਕਾਨੇ ਆ ਤੇ ਮੈਂ ਜਿਹੜਾ ਨਾ ਤੁਹਾਨੂੰ ਵੀ ਇਹ ਗਲਾਸ ਨਾਲ ਵੇਚ ਕੇ ਹੋ ਸਕਦਾ ਆਉਣ ਵਾਲੇ ਕੁਝ ਦਿਨਾਂ ਵਿੱਚ ਜਿਹੜਾ ਨਾ ਇੱਕ ਛੋਟੀ ਜਿਹੀ ਲੌਂਗ ਰਾਈਡ ਜਿਹੜੀ ਹੈ ਨਾ, ਉਹ ਵੀ ਹੋ ਸਕਦਾ ਪਲੈਨ ਕੀਤੀ ਜਾ ਸਕੇ। ਇਹ ਕੋਈ ਨਵਾਂ ਹੀ ਪਲਾਜ਼ਾ ਬਣਿਆ, ਆਲ ਮਨਜ਼ੂਰ ਪਲਾਜ਼ਾ, ਕੰਸਟਰਕਸ਼ਨ ਹੀ ਜੇ ਬਾਬਾ ਜੀ ਹਰ ਪਾਸੇ ਜਿਹੜੀ ਹੈ ਨਾ ਹੋਈ ਜਾ ਰਹੀ ਹੈ, ਹੋਈ ਜਾ ਰਹੀ ਹੈ। ਡਬਲ ਰੋਡ ਮੰਡੀ ਫਾਲੀਏ ਗੁਜਰਾਤ ਵਾਲੀ, ਇੱਧਰ ਅਸੀਂ ਸਿੱਧੇ ਲੱਗੇ ਜਾਈਏ ਤੇ ਫਾਲੀਆ ਤੇ ਅੱਗੋਂ ਗੁਜਰਾਤ ਤੇ ਐਂ ਪਿਛਾਂ ਤੇ ਟੋਰ ਪਵੀਏ ਤੇ ਸਰਗੋਧਾ ਮੰਡੀ ਸ਼ਹਿਰ ਤੇ ਸਰਗੋਧਾ ਤੇ ਉਹਦੇ ਅਗਾਂ ਨਿਕਲ ਜਾਂਦੀ ਹੈ ਰਿਪੋਰਟ। ਇੱਟਾਂ ਜਾਈ ਜਾ ਰਹੀਆਂ ਨੇ, ਇੱਟਾਂ ਵੈਸੇ ਠੀਕ ਨੇ, ਕਦਰੇ ਠੀਕ ਨੇ, ਇੱਧਰ ਵੀ ਪੱਠਾ ਚੱਲ ਰਿਹਾ, ਸੀਨਸ ਤੁਸੀਂ ਵੇਖ ਰਹੇ ਹੋ। ਈਵਨਿੰਗ ਦਾ ਟਾਈਮ ਹੈ, ਟਾਈਮ ਤਕਰੀਬਨ ਤੁਹਾਨੂੰ ਭਾਈ ਦੱਸ ਦਿੰਦਾ ਹੋ ਗਿਆ 5:51 ਤੇ 51 ਮਿੰਟ ਹੋ ਗਏ ਨੇ, ਤਕਰੀਬਨ 6 ਹੋਣੇ ਵਾਲੇ ਨੇ, 27 ਮਾਰਚ ਤੇ ਇਤਵਾਰ ਦਾ ਦਿਨ ਨੇ, ਸੋਰੀ ਸੈਟਰਡੇ ਦੇ ਜੀ, ਸੈਟਰਡੇ ਹਫਤੇ ਦਾ ਦਿਨ ਨੇ। ਤੇ ਇਹ ਵੀ ਹੈ ਜਿਹੜਾ ਨਾ ਖੂਬਸੂਰਤ ਜਿਹਾ ਹੋਟਲ ਹੈ, ਬਿਸਮਿਲਾ ਸਾਬਰੀ ਹੋਟਲ ਹੈ, PSO ਦੇ ਪੰਪ ਨਾਲ ਜਲਾਨਿਆਂ ਕ੍ਰਾਸ ਕਰਦੇ ਸਾਰ ਜਿਹੜਾ ਨਾ ਚੰਗਾ ਜਿਹੜਾ ਨਾ ਇਹ ਫਿੱਟ ਜਿਹਾ ਹੋਟਲ ਹੈ। ਇੱਥੇ ਵੀ ਜਿਹੜਾ ਨਾ ਤੁਹਾਨੂੰ ਇੱਕ ਰਾਈਡ ਕਰਾਂਗੇ ਤੇ ਕੋਈ ਚਾਹ ਚਾਹ ਦੀ ਜਾਂ ਫਿਰ ਕੋਈ ਹੋਰ ਜਿਹੜੀ ਜਿਹਾ ਇੰਜ ਸੀਨ ਦੀ। ਇੱਧਰ ਕੋਈ ਸ਼ੋਰੂਮ ਬਣ ਰਹੇ ਨੇ, ਉਹ ਪਿੱਛੇ ਜਿਹੜਾ ਨਾ ਕੋਈ ਵਿਆਹ ਹੋ ਰਿਹਾ, ਤੰਬੂ ਘਰਾਤਾਂ ਲੱਗੀਆਂ ਨੇ, ਇਹ ਕਿਹੜਾ ਟੋਨ ਹੈ ਜੀ, ਇਹ ਤਾਂ ਟੋਨ ਬਹੁਤ ਜ਼ਿਆਦਾ ਸ਼ੁਰੂ ਹੋ ਗਏ ਨੇ। ਇੱਥੇ ਤੁਸੀਂ ਸੂਰਜ ਦਾ ਵਿਊ ਇੰਜੋਏ ਕਰੋ, ਖੂਬਸੂਰਤ ਜਿਹਾ ਇੱਥੇ ਥੋੜ੍ਹੀ ਜਿਹੀ ਖੁੱਲੀ ਜਗ੍ਹਾ ਆਈ ਜੇ ਤੇ ਹੈ ਖੇਤਾਂ ਦੇ ਉੱਤੇ ਜਿਹੜਾ ਨਾ ਦਰਖਤ ਤੇ ਲੈ ਲਿਆਉਂਦੇ ਗ੍ਰੀਨ ਗ੍ਰੀਨ ਗ੍ਰੀਨਰੀ ਦੇ ਉੱਤੇ ਉੱਤੇ ਜਿਹੜਾ ਨਾ ਸਨਸੈਟ ਦੇ ਖੂਬਸੂਰਤ ਜਿਹਾ ਨਜ਼ਾਰੇ। ਆਦੀ ਡਿਵੈਲਪਰ ਠੀਕ ਹੋ ਗਿਆ, ਸਫੈਦਾ ਨਾਲ ਲੱਗਿਆ ਜੀ ਯੂਕਲਿਪਟਸ, ਵੀਡੀਓ ਦੀ ਨਾਲ ਰਿਕਾਰਡਿੰਗ ਭਾਈ ਵਾਇਸ ਦੀ ਕਾਰ ਦੇ ਆਏ ਰਹੇ ਉੱਤੇ, ਕੀ ਇਹ ਕਹਿੰਦੇ ਨੇ ਫੋਨ ਉੱਤੇ ਸਕੂਟਰ ਅਸੀਂ 40-40 ਦੀ ਸਪੀਡ ਵਿੱਚ ਲਾ ਰਿਹਾ। ਇਹ ਬੜਾ ਫਲਾ ਕਾਰਖਾਨਾ ਹੁੰਦਾ ਕਰਦਾ ਜੀ ਕਿਸੇ ਵਕਤ ਵਿੱਚ, ਹੁਣ ਤਾਂ ਮੇਰੇ ਖਿਆਲ ਨਾਲ ਇੱਥੇ ਕੋਈ ਚੱਲਦਾ ਇਹ ਸਿਸਟਮ। ਮਾਨਤਾ ਵਿੱਚ ਤਕਰੀਬਨ ਅਸੀਂ ਜਿਹੜਾ ਐਂਟਰ ਹੋ ਆਏ ਹਾਂ ਤੇ ਪਹਿਲੀ ਪੋਲ ਜਿਹੜੀ ਹੈ ਨਾ ਮਾਨਤਾ ਵਾਲੀ, ਸੜਕ ਨਾ ਵੀ ਨਾ ਬਣੀ ਉਹਦਾ ਨਾ ਜਿਹੜਾ ਨਾ ਇੱਥੋਂ ਜਿਸ ਟਾਈਮ ਬਾਅਦ ਜਿਹੜੀ ਨਹੀਂ ਆਉਂਦੇ ਵੱਡੇ ਫੈਸਲਾ ਬਾਅਦ ਟਾਈਮ ਹੋ ਜਾ ਸਾਨੂੰ ਲੱਗਦੀ ਹੈ ਨਾ ਸਹੀ ਐਂਜ ਕਰਕੇ ਵਾਲੀ ਫੀਲਿੰਗ ਆਉਂਦੀ ਹੈ ਜੀ। ਇਹਦੇ ਤੇ ਵੀ ਤੇ ਉਸ ਤੋਂ ਅਗਲੀ ਜਿਹੜੀ ਹੋਰੇ ਨਾ ਹੋਰੇ ਤੇ ਵੀ ਸਹੀ ਐਂਜ ਉਤਾ ਕਦੇ ਝੂਲੇ ਵਾਲਾ ਮਜ਼ੇ ਦਾ ਜੰਪ ਲੱਗਦੇ ਆਉਣ ਵੀ, ਇਹ ਦੁਕਾਨਾਂ ਛੱਡੀਆਂ ਕਰੇ ਹੋਈਆਂ ਟੁੱਟਦੀਆਂ ਪਈਆਂ ਨੇ, ਪਿੱਛੇ ਕੋਈ ਬਾਹਰ ਵੀ ਜੇ ਦੂਰ ਲੱਗਿਆ ਡੇਰਾ ਰੁੱਖਾਂ ਵਿੱਚ ਕਿਆ ਇੱਥੇ ਜਦੋਂ ਸੜਕ ਨਾਲ ਬਣੀ ਹੁੰਦੀ ਹੈ ਥੋੜਾ ਇਹਨਾਂ ਦੀ ਹਾਲਤ ਹੀ ਕੋਈ ਨਾ ਹੁੰਦੀ ਕਰਦੀ, ਆਲ ਦੁਆਲੇ ਦੋਵਾਂ ਸਾਈਡਾਂ ਦੇ ਛੱਪੜ ਤੇ ਉੱਚੇ ਉੱਚੇ ਕਾਨੇ ਤੇ ਪਾਣੀ ਉਧਰੋਂ ਇੱਧਰ ਕ੍ਰਾਸ ਕਰ ਰਿਹਾ ਆਉਂਦਾ ਜੀ, ਇੱਧਰ ਉੱਧਰ ਕ੍ਰਾਸ ਕਰ ਰਿਹਾ ਆਉਂਦਾ ਜੀ। ਹੁਣ ਮੈਂ ਨਾ ਮੌਜਾਂ ਲੱਗਦੀਆਂ ਨੇ, ਡਬਲ ਰੋਡਾਂ ਬਣ ਗਈਆਂ ਨੇ, ਮੰਗਤੀ ਨੀ
ਮਸ਼ਹੂਰ ਹੁੰਦੇ ਕਰਦੇ ਹਨ ਇੱਕ ਮਤਲਬ ਮੰਗਟ ਮੰਗਟਾਂ ਚੋਂ ਲੱਗਣਾ ਇੱਕ ਜਿਹੜੀ ਹੈ ਨਾ ਗੱਲ ਹੁੰਦੀ ਕਰਦੀ ਹੈ ਰੋਡ ਵਾਲੀ ਤਰੁੱਟੀ ਵੀ ਬੜੀ ਰਹੀ ਹੈ ਲੋ ਜੀ ਅੱਗੇ ਮੰਗਟਾਂ ਦਾ ਆਉਣੇ ਵਾਲਾ ਅੱਡਾ ਬਸ ਸਟਾਪ ਖੱਬੀ ਸਾਈਡ ਤੇ ਗੁਸਤਾਨ ਸ਼ੁਰੂ ਕਬਰਸਤਾਨ ਸ਼ੁਰੂ ਹੋ ਜਾਂਦਾ ਬੜਾ ਵੱਡਾ ਕਬਰਸਤਾਨ ਹੈ ਮੰਗਟਾਂ ਦਾ ਵੀ ਜਿਹੜਾ ਨਾ ਜਾਣਾ ਸਾਰਿਆਂ ਮਿੱਟੀ ਥੱਲੇ ਹੀ ਹੈ ਇਸ ਭਾਈ ਚੋਣਾਂ ਦਾ ਜਿਹਦੇ ਚੰਗੇ ਕੰਮ ਕਰ ਸਕਦੇ ਆਪਣੀ ਜ਼ਿੰਦਗੀ ਵਿੱਚ ਕਰ ਲਓ ਡਰੋਨ ਵੀ ਵੈਸੇ ਉਹ ਸੱਚੇ ਡਰੋਨ ਵੀ ਸੈੱਟ ਕਰ ਲਿਆ ਡਰੋਨ ਵੀ ਜਿਹੜਾ ਨਾ ਫਿੱਟ ਹੋ ਗਿਆ ਪਹਿਲਾਂ ਜਿਹੜਾ ਨਾ ਜਦੋਂ ਮੈਂ 365 ਡੇਜ਼ ਚੈਲੰਜ ਦਾ ਆਗਾਜ਼ ਕੀਤਾ ਸੀ ਨਾ ਉਹ ਚੈਲੰਜ ਯਾਰ ਵਿੱਚ ਹੀ ਰਹਿ ਗਿਆ ਉਹਦੇ ਵਿੱਚ ਕੋਈ 30 ਵੀਡੀਓ ਬਣੀਆਂ ਅਪਰੋਕਸੀਮੇਟਲੀ ਤੇ ਉਹਦੇ ਤੋਂ ਬਾਅਦ ਜਿਹੜਾ ਨਾ ਉਹ ਫਿਰ ਛੁੱਟੀਆਂ ਪੈ ਗਈਆਂ ਤੇ ਚੈਲੰਜ ਉੱਥੇ ਡਰੋਪ ਹੋ ਗਿਆ ਤੇ ਮੂਨ ਕਾਫੀ ਬੜਾ ਵੱਡਾ ਨਜ਼ਰ ਆ ਰਿਹਾ ਇੱਥੋਂ ਗੱਲ ਹੋ ਰਹੀ ਹੈ ਡਰੋਨ ਦੀ ਉਹਦੇ ਵਿੱਚ ਭਾਈ ਨੇ ਨਾ ਡਰੋਨ ਰਿਮੋਟ ਕੰਟਰੋਲ ਨਾਲ ਨੀ ਸੀ ਉੱਡਿਆ ਉਹ ਫੋਨ ਨਾਲ ਹੀ ਉਡਾਇਆ ਵਾਈਫਾਈ ਨਾਲ ਹੀ ਤੇ ਉਹਦੇ ਵਿੱਚ ਸਹੀ ਇੰਨਾ ਜਿਹੜਾ ਨਾ ਉਹ ਸ਼ਾਰਟ ਨਾ ਆਏ ਲੇਕਿਨ ਫਿਰ ਵੀ ਕਦਰੇ ਬਿਹਤਰ ਆ ਗਏ ਆਣ ਹੁਣ ਜਿੱਥੇ ਵੀ ਉਡਾਇਆ ਉੱਥੇ ਆਉਣਾ ਕੰਟਰੋਲਰ ਜਿਹੜਾ ਨਾ ਉਹ ਸੈਟਿੰਗ ਮੈਂ ਕਰ ਲਈ ਕਾਰ ਚੰਗਾ ਭਲਾ ਸਿਰਖ ਪਾ ਕੇ ਕਿਉਂਕਿ ਭਾਈ ਨੇ ਕੀਤਾ ਸੀ ਫੋਨ ਚੇਂਜ ਤੇ ਪਹਿਲੇ ਫੋਨ ਜਿਹੜਾ ਉਹਦੇ ਨਾਲ ਤੋਂ ਚੰਗਾ ਸਿੰਕ ਹੋਇਆ ਸੀ ਤੇ ਉਸ ਟਾਈਮ ਉਹ ਜਿਹੜਾ ਨਾ ਉਹ ਕਨੈਕਟ ਹੋ ਜਾਂਦਾ ਕਰਦਾ ਸੀ ਤੇ ਕੱਲ੍ਹ ਸਾਰੀ ਉਹਦੀ ਕਨਫਿਗਰੇਸ਼ਨ ਅੱਗੇ ਪਿੱਛੇ ਜਿਹੜਾ ਸੈਟਅਪ ਸੈਟਅਪ ਹੁੰਦਾ ਅਪਡੇਟ ਸ਼ਾਪਡੇਟ ਫਿਲਮ ਵੇਅਰ ਤੇ ਜਿਹੜਾ ਨਾ ਉਹ DJI ਦੇ ਡਰੋਨ ਸਪਾਰਕ ਤੇ ਉਹਦੇ ਫਿਲਮ ਵੇਅਰ ਤੇ ਅਪਡੇਟਸ ਬੜੀਆਂ ਆਉਂਦੀਆਂ ਰਹਿੰਦੀਆਂ ਨੇ ਤੇ ਉਹ ਨਾਲੋ ਨਾਲ ਕਰਦਿਆਂ ਵੀ ਰਹਿਣੀਆਂ ਚਾਹੀਦੀਆਂ ਨੇ ਨਹੀਂ ਤੇ ਫਿਰ ਉਹ ਸਹੀ ਕਰਾਈਆਂ ਉੱਡੇ ਆ ਜਿਹੜਾ ਨਾ ਕਿਸੇ ਹੋਰ ਪਾਸੇ ਤੋੜ ਜਾਂਦਾ ਤੇ ਉਹ ਆਨੇ ਨਾ ਵਾ ਉਹ ਗੁੱਸੇ ਮੇਂ ਇਧਰ ਉਧਰ ਨਿਕਲ ਜਾਤਾ ਹੂੰ ਉਹ ਜਿਹੜਾ ਨਾ ਉੱਡੇ ਆ ਇਧਰ ਉਧਰ ਨਿਕਲ ਜਾਂਦਾ ਤੇ ਉਸ ਤੋਂ ਬਾਅਦ ਜਿਹੜਾ ਨਾ ਮਾਉਂਟੀਆਂ ਸੀ ਤਕਰੀਬਨ ਆਇਆ ਨਿਕਲ ਇਸ ਪਾਸੇ ਜਿਹੜਾ ਨਾ ਇਹਨਾਂ ਦਾ ਕੋਈ ਸਰਕਾਰੀ ਹਸਪਤਾਲ ਨੁਮਾ ਚੀਜ਼ ਨਜ਼ਰ ਆ ਰਹੀ ਹੈ ਮੈਨੂੰ ਖਲਾਈ ਮਰਕਜ਼ ਬਹੁਤ ਵਾਦੀ ਬੁਨਿਆਦੀ ਮਰਕਜ਼ ਸਿਹਤ ਮੰਗਟ ਜੀ ਦਾ ਇਹਨਾਂ ਵੀ ਜਿਹੜਾ ਨਾ ਚੰਗਾ ਚੋਟੀਆਂ ਦਾ ਘੇਰੇ ਆ ਮੇਨ ਰੋਡ ਉੱਤੇ ਇੱਥੇ ਹੁਣ ਨਜ਼ਾਰੇ ਤੁਸੀਂ ਇਸ ਸਾਈਡ ਤੇ ਵੇਖੋ ਹਾਂ ਇਹ ਵਾਲੀ ਜਗ੍ਹਾ ਤੇ ਜਿਹੜੇ ਐਂ ਦੇ ਨਜ਼ਾਰੇ ਪਿੱਛੇ ਬਹਿ ਕੇ ਖਾਣ ਭਾਈ ਟਿਕਾ ਸਕਦਾ ਹੈ ਭਾਈ ਮੋਟਰਸਾਈਕਲ ਚਲਾਉਣੇ ਚਲਾਉਣੇ ਨਹੀਂ ਟਿਕਾ ਸਕਦਾ ਚਲਾਉਣੇ ਚਲਾਉਣੇ ਸਿੱਧਾ ਵੇਖਣਾ ਹੁੰਦਾ ਹੈ ਤੇ ਇਹ ਤੁਸੀਂ ਵੇਖਦੇ ਜਾਓ ਸੂਰਜ ਦੇ ਖੂਬਸੂਰਤ ਜਿਹੇ ਵਿਊ ਇਹ ਨਾਲ ਮਿਲਿਆ ਦੇਣਾ ਬਾਗ ਨੀ ਕੋਈ ਲਾਏ ਆ ਪਤਾ ਨੀ ਸਾਡੇ ਬਾਗ ਹੈ ਕਾਹੇ ਦਾ ਨਹੀਂ ਸਖ਼ਤ ਮੈਨੂੰ ਬੜਾ ਪੈ ਰਿਹਾ PTCL ਦੀ ਕੋਈ ਐਕਸਚੇਂਜ ਚੀਜ਼ ਲੱਗ ਰਹੀ ਹੈ ਮਹਿਸੂਸ ਹੋ ਰਹੀ ਹੈ ਤੇ ਇੱਥੇ ਵਿਊ ਜਿਹੜਾ ਸਹੀ ਹੈ ਖੋਲ ਕੇ ਆਇਆ ਹੈ ਜਿਹੜਾ ਨਾ ਖੇਤਾਂ ਦਾ ਤੇ ਉੱਤੇ ਫਸਲਾਂ ਦਾ ਖੇਤਾਂ ਦਾ ਤੇ ਫਸਲਾਂ ਦਾ ਨਹੀਂ ਫਸਲਾਂ ਦਾ ਤੇ ਸਨਸੈਟ ਦਾ ਬਹੁਤ ਖੂਬਸੂਰਤ ਆ ਰਿਹਾ ਕਿਉਂਕਿ ਅੱਗੇ ਜਿਹੜੇ ਨਾ ਕਾਰ ਸ਼ਾਰ ਵੀ ਕੋਈ ਕੰਸਟਰਕਸ਼ਨ ਕੋਈ ਨਾ ਇਸ ਵਾਸਤੇ ਅੱਛਾ ਨਾਲ ਹੀ ਅੱਗੇ ਹੋਇਆ ਡਾਬੇ ਸ਼ਾਬੇ ਆ ਗਏ ਨੇ ਇੱਥੇ ਜਿਹੜਾ ਨਾ ਕੋਈ ਸੈਟਅਪ ਸੈਟਅਪ ਹੁੰਦਾ ਜੂਸ ਚੱਪੇ ਦਾ ਤੇ ਉਹ ਅਸੀਂ ਕੋਈ ਪੀਂਦੇ ਛੀਂਦੇ ਹਾਂ ਇੱਥੇ ਇੱਕ ਗਲਾਸ ਲੈ ਕੇ ਤੇ ਇੱਥੇ ਟੋਰ ਚਲੋ ਪਾਵੇ ਇਹਨਾਂ ਕੋਲ ਹੀ ਲਓ ਜੀ ਇਸੇ ਜੂਸ ਵਾਲੇ ਕੋਲ ਟੋਰ ਚੱਲਦੇ ਹਾਂ ਤੇ ਇਹਨਾਂ ਕੋਲੋਂ ਕੋਈ ਲੈ ਕੇ ਪੀ ਪੂ ਕੇ ਤੇ ਫਿਰ ਨਿਕਲਦੇ ਹਾਂ ਅਸਤੇ ਵਿੱਚ ਜਿਹੜੇ ਨਾ ਬਾਹਰ ਆ ਗਏ ਨਾ ਸਾਰੇ ਸੈਟਅਪ ਸੈਟਅਪ ਲਾਏ ਆ ਇੱਥੇ ਨਾਲ ਹੀ ਇੱਕ ਪੰਪ ਵੀ ਹੈ ਮੇਰੇ ਖਿਆਲ ਨਾਲ ਚੱਲਦਾ ਚੱਲਦਾ ਕੋਈ ਰਸ਼ ਪਿੱਛੇ ਵਾਹਵਾ ਬਣ ਗਏ ਆ ਸਹੀ ਰਸ਼ ਬਣਿਆ ਪਿਆ ਸਹੀ ਚੰਗਾ ਚੋਖਾ ਰਸ਼ ਬਣਿਆ ਇਹ ਗੱਡੀ ਦੇ 3-4 ਸਕੂਟਰ ਨੇ ਤੇ ਇਹਦੇ ਜਿਹੜਾ ਨਾ ਗੱਡੀਆਂ ਦੀ ਲਾਈਨ ਚੱਲ ਵਾਹਵਾ ਜਿਹੜੀ ਨਾ ਲੱਗੀ ਹੋਈ ਹੈ ਵੇਖ ਤਾਂ ਕਿ ਕੁਛ ਮੇਰੇ ਜੇ ਨਕੂਨ ਪਤਾ ਵੀ ਲੱਗਦਾ ਇੱਥੇ ਇੱਥੇ ਲਾ ਬਹਿੰਦੇ ਆ ਲਓ ਜੀ ਇਹ ਪਿੱਛੇ ਸਾਰਾ ਸੈਟਅਪ ਹੈ ਜੀ ਇਹਨਾਂ ਦਾ ਆਪਣਾ ਜੂਸ ਸ਼ੂਸ ਕੱਢਣੇ ਦਾ ਤੇ ਇੱਥੇ ਬਹਾਂ ਦੇ ਨਾਲ ਹੈ ਡਾਕਟਰ ਸਾਹਿਬ ਨੇ ਇਹ ਡਾਕਟਰ ਸਾਹਿਬ ਦਾ ਮੋਟਰਸਾਈਕਲ ਹੈ ਇਹ ਸਾਡਾ ਵਲੌਗ ਸ਼ੂਟ ਹੋ ਰਿਹਾ ਲਓ ਜੀ ਇਹ ਜਿਹੜਾ ਨਾ ਆਪਣਾ ਇੱਥੇ
ਦੱਸ ਸਕਦੇ ਮੋਟਰਸਾਈਕਲ ਨਾਲ ਜਿਹੜਾ ਨਾ ਸਾਡਾ ਥੰਬਨੇਲ ਬਣ ਗਿਆ ਤੇ ਬਿਲਕੁਲ ਇੱਥੇ ਰੱਖ ਕੇ ਥੰਬਨੇਲ ਬਣ ਗਿਆ ਇਹ ਜਿਹੜਾ ਨਾ ਤੁਹਾਨੂੰ ਵੇਖਣੇ ਲੱਭ ਜਿਹੜਾ ਵੀਡੀਓ ਦੇ ਸ਼ੁਰੂ ਤੇ 1 to 5 ਡਾਕ ਸਾਹਿਬ ਨੇ ਜਿਹੜਾ ਨਾ ਚੰਗਾ ਫਲਾਇਆ ਸਪੈਕ ਸਪੂਕਰ ਬਣਾਇਆ ਡੱਬਾ ਛੱਬਾ ਵਿੱਚ ਪੂਰਾ ਜਿਹੜਾ ਨਾ ਮੋਲ ਬਣਾਇਆ ਟੂਰ ਸ਼ੂਰ ਕਰਨ ਵਾਲਾ ਤੇ ਪਿੱਛੇ ਜਿਹੜਾ ਨਾ ਟਾਇਰ ਸ਼ਾਇਰ ਵੀ ਵੱਡੇ ਪਾਏ ਨੇ ਅੱਗੇ ਵੀ ਟਾਇਰ ਵੱਡਾ ਪਾਏ ਆ ਲਾਈਟਾਂ ਸ਼ਾਇਟਾਂ ਵਾਹ ਵਾਹ ਚੰਗਾ ਜਿਹੜਾ ਨਾ ਚੋਣ ਸੈਟਅਪ ਬਣਾਇਆ ਡਾਕ ਸਾਹਿਬ ਲੌਂਗ ਟੂਰ ਤੇ ਜਿਹੜਾ ਨਾ ਲੈ ਕੇ ਵੀ ਵਾਹ ਵਾਹ ਜਾਂਦੇ ਨੇ ਗੁਜਰਾਤ ਹੋ ਗਿਆ ਲਾਹੌਰ ਹੋ ਗਿਆ ਇਸਲਾਮਾਬਾਦ ਹੋ ਗਿਆ ਚਲੋ ਠੀਕ ਹੈ ਜੀ ਫਿਰ ਅੱਜ ਦੇ ਵਲੌਗ ਵਿੱਚ ਦੇਵੋ ਤੁਸੀਂ ਜ਼ਿਆਦਾ ਤਾਂ ਮਿਲਦੇ ਹਾਂ ਕੱਲ ਕਿਸੇ ਖੂਬਸੂਰਤ ਜਿਹੀ ਜਗ੍ਹਾ ਤੇ ਕਿਸੇ ਖੂਬਸੂਰਤ ਜਿਹੇ ਕੰਟੈਂਟ ਨਾਲ ਉਸ ਟਾਈਮ ਤੱਕ ਓਕੇ ਬਾਏ ਬਾਏ ਰੱਬ ਰੱਖਾ ਤੇ ਅੱਲਾ ਹਾਫਿਜ਼।